ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰਸੋਈ 'ਚ ਤੁਹਾਡਾ ਸਭ ਦਾ ਸਵਾਗਤ ਕਰਨੀ ਆ। ਅੱਜ ਅਸੀਂ ਤੁਹਾਡੇ ਲਈ ਰੈਸਪੀ ਲੈ ਕੇ ਆਏ ਹਾਂ ਪਕੌੜਿਆਂ ਦੀ, ਮਿਕਸ ਪਕੌੜੇ ਬਣਾ ਕੇ ਤੁਹਾਨੂੰ ਸਾਡੀ ਭੈਣ ਦਿਖਾਏਗੀ, ਉਹ ਆਪਣੇ ਤਰੀਕੇ ਨਾਲ ਕਿੱਦਾਂ ਬਣਾਉਂਦੀ ਹੈ ਅਤੇ ਕਿੱਦਾਂ ਤੁਹਾਨੂੰ ਦਿਖਾਉਂਦੀ ਹੈ। ਅਤੇ ਵੀਡੀਓ ਪਸੰਦ ਉਹਨਾਂ ਦੀ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਆਓ ਦੇਖੀਏ ਪਕੌੜੇ ਬਣਾਉਣ ਲਈ ਆਪਾਂ ਕਿਹੜੀ ਕਿਹੜੀ ਚੀਜ਼ਾਂ ਲਈਆਂ, ਉਹ ਆਪਾਂ ਤੁਹਾਨੂੰ ਜ਼ਰੂਰ ਇੱਕ ਵਾਰ ਦਿਖਾਉਂਦੇ ਹਾਂ। ਪਕੌੜੇ ਬਣਾਉਣ ਲਈ ਆਪਾਂ ਮਿਕਸ ਪਕੌੜੇ ਬਣਾਵਾਂਗੇ। ਇਹਦੇ ਲਈ ਆਪਾਂ ਅੱਧਾ ਕਿਲੋ ਬੇਸਣ ਲਿਆ ਹੋਇਆ, ਇਹਨੂੰ ਛਾਣ ਕੇ ਤਿਆਰ ਕੀਤਾ ਹੋਇਆ। ਪਾਣੀ ਲਿਆ ਹੈ ਬੇਸਣ ਘੋਲਣ ਲਈ, ਦੋ ਆਪਾਂ ਬਰੀਕ ਧੋ ਕੇ ਆਲੂ ਕੱਟੇ ਹੋਏ ਨੇ, ਦੋ ਹੀ ਪਿਆਜ਼ ਕੱਟੇ ਹੋਏ ਨੇ, ਅਤੇ ਆਪਾਂ ਅਦਰਕ ਹਰੀ ਮਿਰਚ ਬਰੀਕ ਕੀਤੀ ਹੋਈ ਹੈ, ਅਤੇ ਪਾਲਕ ਆਪਣੇ ਘਰ ਦੀ ਇਹਨੂੰ ਧੋ ਕੇ ਬਰੀਕ ਕੱਟ ਕੇ ਤਿਆਰ ਕੀਤੀ ਹੋਈ ਹੈ। ਕਿੰਨੀ ਸੋਹਣੀ ਪਾਲਕ ਹੈ ਘਰ ਦੀ। ਅਤੇ ਇਹਦੇ ਲਈ ਆਪਾਂ ਲਿਆ ਹੈ ਅਨਾਰਦਾਨਾ ਪੀਸਾ ਹੋਇਆ ਇੱਕ ਚਮਚ, ਅਜਵੈਣ ਲਈ ਹੈ ਡੇਢ ਚਮਚ, ਨਮਕ ਦਾ ਲਿਆ ਅੱਧਾ ਕਿਲੋ ਬੇਸਣ ਲਈ, ਘੱਟ ਵੱਧ ਵੀ ਆਪਾਂ ਕਰ ਸਕਦੇ ਹਾਂ, ਅਤੇ ਲਾਲ ਪੀਸੀ ਹੋਈ ਮਿਰਚ ਲਈ ਹੈ, ਅਤੇ ਗਰਮ ਮਸਾਲਾ ਲਿਆ। ਇਹ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਸਰੋਂ ਦਾ ਤੇਲ ਦੇ ਵਿੱਚ ਆਪਾਂ ਪਕੌੜੇ ਬਣਾਵਾਂਗੇ। ਅਤੇ ਆਓ ਦੇਖੀਏ ਪਹਿਲਾਂ ਕੀ ਕਰਨਾ, ਉਹ ਤੁਹਾਨੂੰ ਮੈਂ ਜ਼ਰੂਰ ਦਿਖਾਉਂਦੀ ਹਾਂ। ਦੇ ਬੇਸਣ ਦੇ ਵਿੱਚ ਹੀ ਅਸੀਂ ਪਾਲਕ ਪਾ ਲੈਣੀ ਹੈ ਧੋ ਕੇ, ਪਿਆਜ਼, ਆਲੂ, ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਮਲ ਲੈਣਾ, ਪੰਜ ਹੱਥਾਂ ਨਾਲ ਮਲ ਲਓ। ਅਦਰ ਹਰੀ ਮਿਰਚ, ਇਹ ਜਿੰਨੀ ਜ਼ਿਆਦਾ ਪਾਵਾਂਗੇ ਤਾਂ ਉਨੇ ਜ਼ਿਆਦਾ ਪਕੌੜੇ ਆਪਣੇ ਸਵਾਦ ਬਣਨਗੇ। ਜਿਹੜੇ ਮਸਾਲੇ ਲਏ ਨੇ ਇਹ ਵੀ ਆਪਾਂ ਸਾਰੇ ਪਾ ਦਿੰਦੇ ਹਾਂ। ਥੋੜ੍ਹਾ ਪਾਣੀ ਪਾ ਕੇ ਇਹਨੂੰ ਮਲਣਾ ਚੰਗੀ ਤਰ੍ਹਾਂ ਮਲ ਕੇ, ਅਤੇ ਪਾਲ ਕੇ ਜਿਹੜੀ ਬਰੀਕ ਹੋ ਜਾਏਗੀ, ਅਤੇ ਪਾਣੀ ਅਸੀਂ ਉਸ ਹਿਸਾਬ ਨਾਲ ਪਾਉਣਾ। ਤੁਸੀਂ ਪਕੌੜੇ ਸਰੋਂ ਦੇ ਤੇਲ ਦੇ ਵਿੱਚ ਵੀ ਬਣਾ ਸਕਦੇ ਅਤੇ ਆਪਣੇ ਘਿਓ ਵਿੱਚ ਵੀ ਬਣਾ ਸਕਦੇ ਹੋ। ਅਤੇ ਤੇਲ ਆਪਾਂ ਪਾ ਲਿਆ ਥੋੜ੍ਹਾ ਜਿਹਾ, ਅਤੇ ਗਰਮ ਕਰਨੇ ਆ, ਅਤੇ ਫਿਰ ਆਪਾਂ ਅੱਧਾ ਤੇਲ ਹੋਰ ਪਾਵਾਂਗੇ ਥੋੜ੍ਹਾ ਜਿਹਾ ਗਰਮ ਹੋ ਜਾਏ। ਥੋੜ੍ਹਾ ਜਿਹਾ ਕਾਲਾ ਨਮਕ ਪਾਉਣ ਲੱਗੇ, ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਤੁਹਾਡੀ ਆਪਣੀ ਮਰਜ਼ੀ। ਆਪਾਂ ਚੈੱਕ ਕੀਤਾ ਲੂਣ ਥੋੜ੍ਹਾ ਘੱਟ ਸੀ ਇਸ ਕਰਕੇ। ਬੇਸਣ ਘੁਲ ਕੇ ਤਿਆਰ ਹੋ ਗਿਆ, ਅਸੀਂ ਹੁਣ 5 ਮਿੰਟ ਰੱਖਾਂਗੇ ਫਿਰ ਅਸੀਂ ਪਕੌੜੇ ਬਣਾਵਾਂਗੇ। ਤੇਲ ਅਸੀਂ ਸਰੋਂ ਦਾ ਧਰ ਲਿਆ, ਇਹ ਗਰਮ ਹੋਏਗਾ ਅਤੇ ਫਿਰ ਪਕੌੜੇ ਪਾਵਾਂਗੇ। ਗਰਮ ਹੋ ਗਿਆ, ਆਹ ਚੈੱਕ ਕਰ ਲਿਆ ਸੀ। ਬੇਸਣ ਨੂੰ ਤੁਸੀਂ ਸਖ਼ਤ ਘੋਲ ਲਿਓ ਇੱਦਾਂ ਕਰਕੇ ਜਿਵੇਂ ਤਾਂ ਆਪਾਂ ਘੋਲਿਆ, ਫਿਰ ਪਕੌੜੇ ਬਹੁਤ ਵਧੀਆ ਬਣਨਗੇ। ਇਹਨੂੰ ਅਸੀਂ ਟਿੱਕੀ ਦਾ ਚੌੜੇ ਕਰਕੇ ਫਿਰ ਇੱਕ ਵਾਰੀ ਫਰਾਈ ਕਰਾਂਗੇ। ਪਕੌੜੇ ਚੈੱਕ ਕਰਕੇ ਨਾਲੋ ਨਾਲ ਪਾਸਾ ਪਲਟੀ ਜਾਣਾ, ਤਾਂ ਪਕੌੜਿਆਂ ਦਾ ਚੇਂਜ ਕਰੀ ਜਾਣਾ। ਪਕੌੜੇ ਅਸੀਂ ਕੱਢ ਲਏ, ਇੱਕ ਵਾਰੀ ਅਸੀਂ ਹੋਰ ਇਹਨੂੰ ਫਰਾਈ ਕਰਨਾ, ਆਹ ਤਾਂ ਕੱਚੇ ਕੱਢੇ ਨੇ ਕਰਕੇ। ਚਲੋ ਪਕੌੜੇ ਆਪਾਂ ਥੋੜ੍ਹੇ ਜਿਹਾ ਬਣਾ ਲਏ ਨੇ, ਕੱਚੇ ਕੱਢੇ ਨੇ, ਹੁਣ ਆਪਾਂ ਨੂੰ ਇੱਦਾਂ ਚੌੜੇ ਕਰਕੇ ਵੇਲਣੇ 'ਤੇ ਰੱਖ ਕੇ ਇੱਦਾਂ ਕਰਕੇ ਨਾ ਟਿੱਕੀ ਬਣਾ ਕੇ ਅਤੇ ਦੁਬਾਰਾ ਇੱਕ ਵਾਰ ਫਿਰ ਫਰਾਈ ਕਰਨੇ ਨੇ। ਇਹ ਪਕੌੜੇ ਖਾਣ ਨੂੰ ਬਹੁਤ ਹੀ ਸਵਾਦ ਲੱਗਦੇ ਨੇ, ਜਦੋਂ ਤੁਹਾਡੇ ਘਰ ਕੋਈ ਵੀ ਗੈਸਟ ਆਉਣ ਤਾਂ ਤੁਸੀਂ ਘਰ ਦੇ ਵਿੱਚ ਫਟੋਫਟ ਬਣਾ ਕੇ ਤਿਆਰ ਕਰ ਸਕਦੇ ਹੋ। ਅਤੇ ਫਰੈਂਡਸ, ਆਹ ਦੇਖੋ ਇੱਧਰ ਮੈਂ ਗੁੜ ਵਾਲੇ ਵੀ ਬਣਾ ਕੇ ਰੱਖੇ ਨੇ, ਸਵੇਰੇ ਬਣਾਏ ਸੀਗੇ। ਅਤੇ ਤੁਹਾਨੂੰ ਪਤਾ ਕਿ ਵੀਡੀਓ ਬਹੁਤ ਵੱਡੀ ਹੋ ਜਾਂਦੀ, ਫਿਰ ਮੈਂ ਜ਼ਿਆਦਾ ਇੰਨੀਆਂ ਚੀਜ਼ਾਂ ਦੱਸ ਨਹੀਂ ਸਕਦੀ ਤੁਹਾਨੂੰ। ਅਤੇ ਇਹ ਦੇਖੋ ਮੈਂ ਗੁੜ ਵਾਲੇ ਵੀ
बहुत बना के वधिया तैयार किए हुए ये खाने भी बड़े स्वाद लगते हैं। देखो मैं तुम दिखानी है तोड़ के, ये सगन होंगे साखी के भठूरिया का, गुड़ वाले भठोरे, इन्हू खजूर बोलते ने अपने पुराने बजुर्ग माता मम्मी डैडी और बनाते हैं, मम्मिया बनाती होंगे ये दादियाँ। यार देखो कि भी बहुत स्वाद बने दे जे गुड़ वाले ने। जो तुम वीडियो पसंद आई तो मैं जरूर कमेंट करे, तो मैं भी ए रेसिपी पावगी, अगे भी मैं पाई हुई पिछली विसाखी की भी। हाँ दोबारा असं हम पकौड़े देखो फ्राई कर रहे हैं दोबारा फिर इदा करके, पुदीने की चटनी इमली चटनी जो मर्जी तुम खा सकते हो, घर के पकौड़े तो बहुत ही ज़्यादा वधिया होंगे ने। ये सारे पकौड़े अपना इस तरीके बना लेने जी, तो इदा ही तैयार कर लेने जी। तेल चंगी तरह गर्म करके पकौड़े बना ना, फिर नहीं तेल में पैंता पकौड़े में, तो कच्चे तेल में पाओगे तो फिर तुम बहुत पकौड़े भर जाते हैं तेल से। देखो कितने गर्म वधिया वधिया बने, देखो कितने सोहने पकौड़िया का कलर कितना सोहना है। तो तुम फ्रेंड्स घर जरूर बना के ट्राई करो जो वीडियो पसंद आई। देखो पकौड़े अपने भैन के पकौड़े बन के तैयार हो गए, जो तुम पसंद आए तो लाइक शेयर जरूर करो। यार देखो अपने दोनों चीजा गुड़ वाली भी बना के तैयार की हुई है, वीडियो पसंद आई तो वीडियो में लाइक शेयर सबसक्राइब जरूर करो, तो वीडियो देखने तो सारिया का थैंक यू, सत श्रीकाल, बाय बाय, फिर मिलेंगे अगली रेसिपी के साथ।